ਤੁਹਾਨੂੰ ਇਹ ਜਿਸਮੋਂ ਬੇਗਾਣਾ ਮੈਨੂੰ ਲੱਤਾਂ ਦੇ ਭਾਰ ਨਹੀਂ ਹੁੰਦਾ ਨਹੀਂ ਆਉਂਦੀ ਤੇ ਥੋੜਾ ਥੋੜਾ ਸਮਾਂ ਤੂੰ ਫੇਰ ਤੁਰਦੀ ਸੁੱਖੀ ਰਤੀ ਚੁੱਕੀ ਨਹੀਂ ਕਿਤੇ ਇੱਥੇ ਆ ਗਈ ਨਾ ਹਾਂ ਇਹਨਾਂ ਕਿ ਵੀ ਤੁਰਦੀ ਰਹੂ ਤਾਂ ਲੱਤਾਂ ਦਾ ਸਹੀ ਰਹਣਗੀਆਂ ਬੈਠਾ ਨਹੀਂ ਜਾਂਦਾ ਬੈਕ ਤੇ ਮਰ ਕੇ ਮੈਂ ਦੱਸਦਾ ਆਮਾ ਜੀ ਵੀ ਨਹੀਂ ਘਰ ਜਾ ਰਹੇ ਆ ਤੇ ਕਾਕਾ ਚਾਹ ਪੀ ਕੇ ਹਟਿਆ ਵਾ ਤੇ ਬਤੀਦਾ ਦੋ ਮਿੰਨ ਇਹ ਚੌਧਰੀ ਸਾਹਿਬ ਅਮਮਾ ਨੂੰ ਨਾ ਗੇਟ ਨਗਾ ਕੇ ਆਓ ਬਾਜੀ ਬੈਜਿਆ ਮੇਰੀ ਹਾਂ ਹਾਂ ਤੇ ਮੈਂ ਨਾ ਕੱਦਰੇ ਪਾਣੀ ਹੀ ਜਾ ਕੇ ਅੱਛਾ ਸਰ ਕੱਦਰੇ ਤਿੰਨ ਟਾਈਮ ਪਾਣੀ ਹੁਣੇ ਅੱਲਾ ਹਾਫਿਜ਼ ਮੈਂ ਮਾ ਜੀ ਹੁਣ ਕਿ ਆ ਕੇ ਕਰਕੇ ਮੋਟਰਸਾਈਕਲ ਬਜਵੇ ਲੈ ਗਿਆ ਨਹੀਂ ਤਾਂ ਮੋਟਰਸਾਈਕਲ ਤੇ ਲਾ ਕੇ ਆਣਾ ਸੀ ਮੈਂ ਕਹਾਂ ਮਾ ਜੀ ਹੁਣ ਥੋੜਾ ਜਿਆਦਾ ਤੁਰਦੇ ਰਹਿਣਾ ਫਿਰ ਪਰ ਮੱਚੇ ਚੱਲਦੀਆਂ ਰਹਿੰਦੀਆਂ ਪੱਠੇ ਸਹੀ ਰਹਿੰਦੇ ਹਾਂ ਜੀ ਇਹ ਨਾ ਵੀ ਬੜੀ ਦੇਖ ਚ ਸਾਲਣ ਕੱਢੀਏ ਅੱਛਾ ਜੀ ਅੱਬੂ ਜੀ ਲੋਗ ਲੈਵਲ ਵੀ ਕਰਤੇ ਰਹੇ ਆ ਇਧਰ ਔਰ ਇਧਰ ਚਲਤੇ ਹੈਂ ਅਭੀ ਮੈਂ ਆਪਕੋ ਦਿਖਾਤਾ ਹੂੰ जी वाली चीज़ अल्हम्दुलिल्लाह माशाल्लाह से जो है ना फाइनल इधर से हो गया साइड कनोपी की ना इधर से फाइनल साइड हो गई है वालेकुम कैसे हैं आप सब उम्मीद है सब लोग ठीक ठाक होंगे अल्लाह ताला आप सब लोगों को हमेशा खुश रखे आबाद रखे ढेरों खुशियाँ अता फरमाए आमीन सुमा आमीन के साथ आज के ब्लॉक का करते हैं आगाज़ अच्छा जी घर पहुँच गए हैं हम और अभी काम करने अब भैयाबास के साथ काम करवाने लगा हूँ मैं और अभी जो है ना दिखाते हैं आपको कौन सा काम करना है हाँ जी यार गलत कर गया मैं एक चीज दसा जो लाइए ना साफी ज कोई उच्ची नीवी जगह चुकनी हो गई हमेशा जिनी स्लो होवे ना उन्नी स्लो चलाई दी बिल्कुल सुून दे पता की है नहीं 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 हजे भी गलत आरम बड़ा गलत है देखता ਜਿਹੜੀ ਤੁਸੀਂ ਰੰਬੜ ਸ਼ੰਬੜ ਜੀ ਨੂੰ ਬੋਲਣ ਦੇ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਦੇ ਬੰਦੇ ਮੈਂ ਲਾ ਕੇ ਦਿੰਦਾ ਟੋਰੀ ਜਾ ਓਏ ਅੱਲਾ ਦੇ ਬੰਦੇ ਗਲਤ ਕੀਤਾ ਗਲਤ ਯਾਰ ਮੇਰੀ ਸੁਣੋ ਨਾ ਆਹ ਦੇਖੋ ਨਾ ਜਗਾ ਇੱਕ ਵਾਰੀ ਹਲਕੀ ਹਲਕੀ ਐਵੇਂ ਨਹੀਂ ਸੀ ਇੱਕ ਵਾਰੀ ਐਵੇਂ ਤਿਰਛੀ ਲਾਣੀ ਸੀਗੀ ਐਵੇਂ ਠੀਕ ਹੈ ਉਹ ਅਗਲੀ ਖੜਾ ਹੀ ਨਹੀਂ ਪਹਿਲਾਂ ਕੰਮ ਲਾ ਰਹੇ ਹੈ ਕਿਨੇ ਟਾਲਾ ਇਹ ਸਫਾਈ ਕਰਨਾ ਪਾਚ ਸਫਾਈ ਲਾਵਾਂਗੇ ਉਹ ਨਹੀਂ ਨਹੀਂ ਤਾਲ ਜ਼ਿਆਦਾ ਰੱਖਣੀ ਹੈ ਅੱਲਾ ਦੇ ਬੰਦੇ ਇਹ ਤਾਂ ਕੰਮਲੇ ਆ ਭਜਵੇ ਦੇ ਹੁਣ ਬਿਲਕੁਲ ਬਰਾਬਰ ਚ ਜਾ ਰਿਹਾ ਪਾਣੀ ਚਾਹੇ ਕੰਪਿਊਟਰ ਕਰਾ ਕਰਾਇਆ ਬਰਾਬਰ ਜਾਂਦਾ ਵਾ ਤੇ ਕਿੰਨੀ ਦੇਰ ਲੱਗਦੀ ਆ ਮੈਂ ਢਾਰ ਖਾਇ ਨਾ ਬਸ਼ਕੂ ਮੈਂ ਇਹਨੂੰ ਭਜਵੇ ਇਹਨੂੰ ਵੀ ਕਿਹਾ ਸੀ ਇਹਨੇ ਕਿਹਾ ਸੀਗਾ ਵੀ 3 ਇੰਚ ਕਰ ਦੇਈ ਉਹਨੇ ਕੀਤੀ ਇਹਨੇ ਉਹਨੇ ਬਰਾਬਰਾਂ ਚ ਹੀ ਕਰ ਦਿੱਤਾ ਮੈਨੂੰ ਦੱਸਣਾ ਪੈਂਦਾ ਜਗਾ ਪੜਾ ਕਰ ਲੈਣਾ ਤਾਂ ਹੀ ਥੱਲੀਆਂ ਹਾਂ ਇਹ ਦੱਸਣਾ ਪੈਂਦਾ ਆ ਹਾਂ ਉਹ ਲੈਵਲ ਤੇ ਚੈੱਕ ਕਰਦੇ ਆ ਮੈਂ ਮੈਂ ਦੱਸਿਆ ਮੈਂ ਤਾਂ ਆਪਣੇ ਬਿਲਕੁਲ ਢਾਰ ਰੱਖਣੀ ਉਹਦੇ ਜ਼ਿਆਦਾ ਅਗਲੀ ਅਸੋਸੀਏਟ ਸਾਹਿਬ ਅਗਲੀ ਵੀ ਕਰ ਦਿੱਤੇ ਮੈਂ ਸਿਰਫ ਹਾਂ ਉਸ ਮੁਤਾਬਿਕ ਜਰ ਹਾਂ ਤੇ ਮੈਂ ਦੱਸਿਆ ਮੈਂ ਤਾਂ ਬਈ ਠੀਕ ਹੈ ਮੈਂ ਰਹਿਣਾ ਯਾਰ ਥੋੜੀ ਜਿਹੀ ਢਾਲ ਜ਼ਿਆਦਾ ਹੋਵੇ ਨਾ ਪਾਣੀ ਸਹੀ ਲੱਗਦਾ ਵਾ ਮਤਲਬ ਲੱਗ ਜਾਂਦਾ ਜਲਦੀ ਹੁਣ ਪਾ ਜਿਵੇਂ ਤੇ ਤਿੰਨ ਦਿਨ ਲੱਗ ਜਾਂਦੇ ਪਾਣੀ ਦੇ ਇਥੇ ਨਹੀਂ ਸਾਢੇ ਤਿੰਨ ਦਿਨ ਸਾਢੇ ਦੇ ਪਾਣੀ ਕਰੀਏ ਇੱਕ ਦੇ ਦੋ ਦਿਨ ਹਾਂ ਨਹੀਂ ਨਹੀਂ ਅਸੀਂ ਢਾਲ ਜ਼ਿਆਦਾ ਰੱਖਣੀ ਚਲੋ ਚੁੱਕੋ ਚਲਿਓ ਬismillah ਅੱਛਾ ਜੀ ਅਸੀਂ ਜਿੰਦਰਾ ਲਲੀਆ ਖਾਲ ਬਣਾਈਆ ਸਵੇਰੇ ਇਥੇ ਪਾਣੀ ਲਾਣਾ ਵਾ ਤੇ ਮੈਂ ਭਈ ਆਵਾਸ ਨਾਲ ਜਿੰਦਰਾ ਲਗਵਾ ਲਾਂ ਤੇ ਫਿਰ ਦੇਖਦੇ ਆ ਸਾਰੀ ਸੁਰਤੀ ਹਾਲ ਕੀ ਬਣਦੀ ਆ ਅੱਗੇ ਇਹ ਵਾਲੀ ਚੀਜ਼ अच्छा जी माशाल्लाह से बाकी सारा काम क्लियर हो गया है आज इसकी धारें जो है ये भी लगा दी गई हैं कल जो है ना इंशाल्लाह इंशाल्लाह ये बाहर से सारी ममटी जो है फाइनल हो जाएगी और ये वाली चीज़ रह गई आज क्योंकि आज बाहर से शेड वगैरह जो है ना प्लास्टर करते रहे हैं अम्मी जी भी देखने आई हैं कि अम्मी जी ये आप ही रखवाइया से असान चाहिए ना बाहर असं क्या भी सबको इन्ने पैसे है नहीं भी असं रोज़ दिड़ी बाढ़ चुक चुके लिए सूद दे रहा दो चार वाली ਹਾਂਜੀ ਹੁਣ ਦੇਖੋ ਅਮੀ ਜੀ ਸਹੀ ਹੋ ਗਿਆ ਆ ਅੱਜ ਦਾ ਨਾ ਲਾਈਆਂ ਆਹਦੀਆਂ ਸਾਹਮਣਾਂ ਵਾਲੀਆਂ ਇਹਨਾਂ ਇਥੋਂ ਖੜ ਕੇ ਮੈਂ ਕਿ ਜਦਾ ਮਰਜ਼ੀ ਦੇਖੋ ਬੜਾ ਜ਼ਬਰਦਸਤ ਮੋਲ ਬੰਦਾ ajo ਉੱਪਰ ajo ਅਮੀ ਜੀ ਆ ਜਾਇ ਵਾਲਾ ਸ਼ੈਡ ਕੱਢਿਆ ਵਾ ਠੀਕ ਆ ਨਾ ਪਲਸਟਰ ਕੀਤਾ ਵਾ ਉੱਪਰਲੀ ਉਹ ਜਗ੍ਹਾ ਛੱਡ ਦਿੱਤੀ ਨਾ ਆ ਉੱਪਰ ਵਾਲਾ ਕਿਉਂਕਿ ਉਹ ਜਿਸ ਨੇ ਟਾਇਲ ਲਾਣੀ ਹੈ ਨਾ ਉਪਰ ਹੀ ਖਪਰੈਲ ਉਦੇ ਨਾਲ ਬਣਨਾ ਵਾ ਜੀ ਅਗਰ ਉਹ ਇਹਨੂੰ ਪਲਸਟਰ ਕਰ ਦਿੰਦੇ ਆ ਨਾ ਉਹ ਫਿਰ ਅਲੇ ਦਾ ਜੋੜ ਬਣ ਜਾਣਾ ਵਾ ਮੈਂ ਕਿਹਾ ਅੱਛਾ ਚਲੋ ਰਹਿਣ ਦਿਓ ਇਹਨੂੰ ਇਹਦੇ ਅੰਦਰ ਰੋਜ਼ ਦਾ ਕੰਮ ਹੈ ਪਤਾ ਨਾ ਪਤਾ ਹੀ ਹੈ ਉਹ ਕਹਿੰਸੀ ਉਹਨੂੰ ਕਰਨ ਦਾ ਫਾਇਦਾ ਨਹੀਂ ਨਾ ਹੈ ਉਹ ਫਿਰ ਦੁਬਾਰਾ ਤੋੜ ਕੇ ਦੁਬਾਰਾ ਫੇਰ ਕਰਨਾ ਪਏਗਾ ਸੋਣਾ ਉਹ ਫਿਰ ਬਰਾਬਰ ਲੈਵਲ 'ਚ ਤੇ ਉਸ ਨਾਲ ਬਿਹਤਰ ਅਸੀਂ ਇੱਕ ਵਾਰੀ ਕਰਕੇ ਦੇਈਏ ਮੈਂ ਕਿਹਾ ਠੀਕ ਹੈ ਇੱਕ ਵਾਰੀ ਕਰ ਲਿਓ ਹਾਂਜੀ ਸਹੀ ਹੋ ਗਿਆ ਮਾਸ਼ਾਅੱਲਾ ਸੋਣਾ ਮੋਲ ਬਣ ਗਿਆ ਚਲੋ ਹੁਣ ਆਸੋ ਉਹ ਤਿਆਰ ਨਹੀਂ ਹੋਈ ਹਜੇ

ਹਾਂਜੀ ਮੁੱਕ ਜਾਣਾ ਆਮੀ ਜੀ ਅਗਰ ਦੂਸਰੇ ਮਿਸਤਰੀ ਆ ਗਏ ਨਾ ਭਾਈ ਫੇਰ ਤਾਂ ਮੁੱਕ ਜਾਣਾ ਆਮੀ ਜੀ ਤੇ ਮੈਂ ਆਖਿਆ ਵੀ ਮੁੱਕੀ ਜਾਣਾ ਹੈ ਇੰਨੇ ਕਿਤੇ ਨਹੀਂ ਲੱਗਣੇ ਪਲਾਸਟਰ ਹਾਂਜੀ ਹਾਂ ਜੀ ਬਸ ਠੀਕ ਆ ਚਲੋ ਮਾਸ਼ਾਅੱਲਾ ਅੱਜ ਨਹੀਂ ਅੱਜ ਕੋਈ ਸ਼ਕਲ ਸੂਰਤ ਲੱਗਦੀ ਆ ਹਾਂ ਤੇ ਆ ਜਦ ਮੁੱਕ ਗਿਆ ਮੈਂ ਕਿਹਾ ਉੱਤੇ ਤਾਂ ਮੁੱਕ ਗਿਆ ਨਾ ਹਾਂਜੀ ਜਿੱਥੇ ਚੱਲ ਗਿਆ ਫੇਰ ਮੈਂ ਕਿਹਾ ਉਹਨਾਂ ਨੇ ਕੰਮ ਖੇਤ ਲੈਣੇ ਖੇਤੀ ਅਮਜੀ ਜੀ ਇਹ ਸਿਰਫ ਜਿਹੜੀ ਆ ਪਰਦੀਆਂ ਨਾ ਇਹਨੂੰ ਦੇਰ ਲੱਗਣੀ ਅੱਛਾ ਜੀ ਆ ਚੀਜ਼ ਬਣਨੀ ਆ ਤਿਆਰ ਹੋ ਕੇ ਇਸ ਤਰ੍ਹਾਂ ਦਾ ਡੱਬਾ ਇਹੇ ਇਸ ਸਟਾਈਲ ਦੇ ਨਾਲ ਤਿਆਰ ਹੋਣਾ ਵੇ ਇਸ ਤਰ੍ਹਾਂ ਹਾਂਜੀ ਇਹ ਵਾਲੀ ਚੀਜ਼ ਤੇ ਅੱਬੂ ਜੀ ਕਹਿੰਦੇ ਰੱਖਣਾ ਵਾ ਮੈਂ ਕਿਹਾ ਨਹੀਂ ਰੱਖਣਾ ਉਹਦੀ ਵਜ੍ਹਾ ਇਹ ਆ ਕਿਉਂਕਿ ਆ ਡੱਬੇ ਜਿਹੜਾ ਉਹ ਵਾਲਾ ਇਸ ਦੇ ਨਜ਼ਦੀਕ ਹੁੰਦਾ ਨਾ ਫੇਰ ਸੋਣਾ ਲੱਗਣਾ ਸੀ ਹੁਣ ਇਹ ਚੀਜ਼ ਖੂਬਸੂਰਤੀ ਨਹੀਂ ਬਣਨੀ ਇਸਦੀ ਦੂਰ ਦੂਰ ਆ ਤੇ ਮੈਂ ਕਿਹਾ ਬਹੁਤ ਬੁਰੇ ਲੱਗਦੇ ਆ ਤੇ ਮੈਂ ਕਿਹਾ ਮੈਨੂੰ ਇਹ ਚੀਜ਼ ਪਸੰਦ ਨਹੀਂ ਆਈ ਇਹ ਬੰਦ ਕਰ ਦਈਏ ਹਾਂਜੀ ਹਾਂਜੀ ਅਮ ਜੀ ਇਹ ਪੈਂਦੀ ਪੈਂਦੀ ਆ ਇਹ ਤੁਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲੋ ਕੰਕਰੀਟ ਅਲੀ ਨੂੰ ਅਕਸਰ ਹੀ ਆਂਦੀ ਆਂਦੀ ਜਿੱਥੇ ਸਰੀਆ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਦੱਸਿਆ ਸੀ ਉਹਨਾਂ ਨੇ ਬਹਾਈਆਂ ਨੇ ਕਿ ਜਿੱਥੇ ਸਰੀਆ ਹੋਏਗਾ ਉਤੋਂ ਤੇੜ ਕ ਆਂਦੀ ਆਂਦੀ ਨਾਲ ਅੱਛਾ ਜੀ ਆਹ ਦੇਖੋ ਕ੍ਰੈਕ ਜਿੱਥੋਂ ਆਂਦੇ ਆ ਨਾ ਆਹ ਸਰੀਆ ਦੇਖੋ ਆਹ ਸਰੀਆ ਤੋਂ ਆ ਠੀਕ ਹੋ ਗਿਆ ਜੀ ਆ ਜਿੱਥੇ ਸਰੀਆ ਆ ਉਹਦੇ ਨਾਲ ਜਾ ਰਹੀਆ ਕ੍ਰੈਕ ਆਹ ਦੇਖੋ ਮੈਂ ਇੱਕ ਜਗ੍ਹਾ ਨਹੀਂ ਦੇਖੋ ਇੱਕ ਪੰਜ-ਛੇ ਜਗ੍ਹਾ ਤੇ ਕ੍ਰੈਕ ਆਏ ਹੋਏ ਆ ਇਹਦਾ ਆ ਦੇਖੋ ਸਰੀਆ ਠੀਕ ਹੋ ਗਿਆ ਆ ਸਰੀਆ ਵਾ ਇਸ ਦੀ ਨਾਲ ਕ੍ਰੈਕ ਜਾ ਰਹੇ ਆ ਇਹਦਾ ਇਸ਼ੂ ਨਹੀਂ ਹੁੰਦਾ ਇਹ ਜਿੱਥੋਂ ਅਮੀ ਜੀ ਆਏਗਾ ਨਾ ਇਹ ਕੋਈ ਨਾ ਮਹੀਨਾ ਦੋ ਤੱਕ ਹੋਰ ਆਣੀ ਆ ਅੱਛਾ ਠੀਕ ਹੈ ਨਾ ਇਹ ਜਦੋਂ ਇੱਕ ਦਫਾ ਆ ਕੇ ਨਾ ਇਹਦੇ ਚ ਮਾਰ ਕੇ ਨਾ ਜਰੀ ਜਰੀ ਮਾਰ ਕੇ ਸਰੀਆ ਦੇ ਕੇ ਦੁਬਾਰਾ ਉੱਪਰ ਪਲਸਟਰ ਕਰਾ ਦੋ ਫਿਰ ਖਤਮ ਹੋ ਜਾਂਦੇ ਆ ਇਹਦਾ ਇੱਕੋ ਹੱਲ ਹੁੰਦਾ ਹਾਂਜੀ ਹਜੇ ਇਹਨੂੰ ਆ ਗਈਆਂ ਨਾ ਤਿਰਕਾਂ ਇਹ ਜਿੱਥੇ-ਜਿੱਥੇ ਤੇੜੇ ਕੋ ਉਹਨਾਂ ਨੇ ਕਹਣਾ ਵੀ ਇਹਦੇ ਚ ਨਾਲ ਹੀ ਦੋ ਸੂਤਰ ਵਾਲਾ ਜਿਹੜਾ ਉਹ ਸਰੀਆ ਪਿਆ ਉਹ ਰੱਖ ਦਿਓ ਨਾਲੀ ਹਾਂ ਨਾਲੇ ਰੱਖਾ ਦੇ ਹਾਂਜੀ ਇਹ ਕੰਮ ਕਰਨਾ ਵਾ ਬਣਗਾ ਮਿਸਤਰੀ ਹਾਂਜੀ ਨਹੀਂ ਫਿਰ ਨਾਲੇ ਉਹ ਕੰਮ ਖਰਾਬ ਹੋ ਜਾਂਦਾ ਨਾ ਪਲਸਟਰ ਸਰ ਮੈਂ ਅੱਜ ਕਲਰ ਨਹੀਂ ਨਾ ਕਰਵਾਣਾ ਮਹੀਨਾ ਤੋਂ ਠਹਿਰ ਕੇ ਕਰਵਾ ਲੈਣਾ ਵਾ ਉਹਦੀ ਵਜ੍ਹਾ ਇਹ ਇੱਕ ਤੇ ਜਿਹੜੇ ਜਿਹੜੇ ਆਪ ਟਿੱਕਾ ਸ਼ਿਰਕਾ ਜੀ ਇਹ ਵੋ ਕ੍ਰੈਕ ਆਣੇ ਆ ਨਾ ਪਰਦੀ ਨੂੰ ਇਹ ਆ ਜਾਣ ਇੱਕ ਵਾਰੀ ਕਰਵਾਵਾਂਗੇ ਹਾਂਜੀ ਹਾਂਜੀ ਚਲੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਵੇਰ ਸਾਰਾ ਫਾਈਨਲ ਹੋ ਜਾਏਗਾ ਫਿਰ ਤੁਹਾਨੂੰ ਦਿਖਾਵਾਂਗੇ ਹਾਂਜੀ ਇਹ ਸਵੇਰ ਫਾਈਨਲ ਕਰਵਾਣਾ ਵਾ ਅੱਜ ਅੱਲਾਹ ਦੁਆ ਕਰੇ ਦੂਸਰੇ ਮਿਸਤਰੀ ਵੀ ਆ ਜਾਣ ਫਿਰ ਸਾਰਾ ਸਵੇਰ ਇਨਸ਼ਾਅੱਲਾ ਅੱਗਰੇ ਫਾਈਨਲ ਹੋ ਜਾਏਗਾ ਹਾਂਜੀ ਬਹੁਤ ਡਾਟ ਵਡਾਉਣਾ ਹੁਣ ਕਿਹੜੀ ਚੀਜ਼ ਉਹਦਾ ਦਰਵਾਜ਼ਾ ਏਦਾਂ ਲਗਾਈ ਜਿੱਕਾ ਉਹ ਦਰਸ ਕਰਾਣ ਅੱਛਾ ਜੀ ਉਹ ਦਰਵਾਜ਼ਾ ਮੈਨੂੰ ਖੂਬਸੂਰਤ ਨਹੀਂ ਸੀ ਲੱਗਣ ਡਿਆ ਮੈਂ ਕਿਹਾ ਸਿੱਧਾ ਰਖਵਾ ਕੇ ਨਾ ਉਹਦੇ ਉੱਪਰ ਟਾਈਲ ਲਵਾਣੀ ਆ ਠੀਕ ਹੈ ਨਾ ਉਹ ਦਰਵਾਜ਼ਾ ਮੈਨੂੰ ਜਿਹੜਾ ਵੀ ਬੰਦਾ ਆ ਉਹਨੇ ਕਿ ਯਾਰ ਭਾਈ ਉਹ ਦਰਵਾਜ਼ਾ ਜਿਹੜਾ ਬਣਾ ਨਾ ਨਾ ਰਖਵਾਓ ਉਹ ਕਹਿੰਦੇ ਭਾਈ ਇੱਕ ਦਰਵਾਜ਼ਾ ਇੱਕ ਦੂਸਰੀ ਗੱਲ ਏ ਆ ਕਿ ਇਹ ਬਹੁਤ ਪੁਰਾਣਾ ਰਿਵਾਜ ਆ ਤੁਸੀਂ ਇਹਨੂੰ ਛੋੜੋ ਉਹ ਨਾ ਸਾਰੇ ਦਰਵਾਜ਼ੇ ਇਹ ਆ ਰੱਖਿਆ ਏ ਨਾਲੇ ਮੈਂ ਖੁਦ ਵੀ ਮੈਨੂੰ ਨਾ ਮੈਂ ਜਿਸ ਟਾਈਮ ਕਰਵਾਇਆ ਸੀ ਨਾ ਫਿਰ ਬਹੁਤ ਸਬਤ ਮੈਨੂੰ ਪਸੰਦ ਨਹੀਂ ਆਇਆ ਮੈਂ ਕਹਾਂ ਨੋ ਨੀਚੋ ਇਟਾ ਤੋੜ ਕੇ ਤੇ ਸਿੱਧਾ ਪਿੱਲਰ ਰਹਿਣਗੇ ਉੱਪਰ ਉਹਦੇ ਟਾਈਲ ਲੱਗਣਗੇ ਉੱਪਰ ਵਾਈਟ ਟਾਈਲ ਲੱਗ ਜਾਏਗੀ ਅੱਛਾ ਜੀ ਇਹ ਜਿਹੜੇ ਪਿੱਲਰ ਤੇ ਆਹ ਵਾਲੇ ਚੀਜ਼ ਹੈ ਨਾ ਇੱਥੇ ਜਿਹੜੀ ਫਰੰਟ ਟਾਈਲ ਲੱਗਦੀ ਹੁੰਦੀ ਹੈ ਨਾ ਉਹ ਲਵਾਵਾਂਗੇ ਉੱਪਰ ਜਿਹੜੀ ਹੈ ਨਾ ਵੈਸੇ ਜਿਹੜੀ ਵਾਸ਼ਰੂਮ ਵਿੱਚ ਵੀ ਟਾਈਲ ਲੱਗਦੀ ਹੈ ਜਿਵੇਂ ਵੈਸੇ ਵਾਈਟ ਟਾਈਲ ਜਿਵੇਂ ਦੀ ਭਈ ਹਲੀ ਨਹੀਂ ਲਗਵਾਈ ਉਹ ਲਗਵਾਵਾਂਗੇ ਜਾਂ ਕੋਈ ਹੋਰ ਜਿਹੜੀ ਵੀ ਟਾਈਲ ਲਗਵਾਈ ਉਹ ਲਗਵਾਵਾਂ ਕਹਿੰਦੇ ਚਲੋ ਸਾਨੂੰ ਇਹ ਕੰਮ ਦੇਣਗੇ ਮੈਂ ਕਿਹਾ ਚਲੋ ਪਈਆਂ ਰਹਿਣ ਦਿਓ ਅਸੀਂ ਬਾਹਰ ਵੀ ਬਿਚਾ ਦੇਾਂਗੇ ਹਾਂਜੀ ਇਹ ਤਾਂ ਮਸਾਲਾ ਚੁਕਣਾ ਵੀ ਆਸਾਨ ਆ ਆਸਾਨ ਹੀ ਆ ਹਾਂਜੀ ਅੱਛਾ ਜੀ ਘਰ ਪਹੁੰਚੂਗਾ ਮੈਂ ਔਰ ਅਭੀ ਮੈਂ ਆਪਕੋ ਦਿਖਾਤਾ ਹੂੰ ਜੋ ਮੇਰੇ ਕਮਰੇ ਕੀ ਹਾਲਤ ਬਣ ਚੁਕੀ ਹੈ ਇੱਕ ਦਿਨ ਮੈਂ کہیں ਚਲਾ ਜਾਉਣਾ ਤਾਂ ਖੈਰ ਜਾਣੇ ਸੇ ਤਾਂ ਨਹੀਂ ਹੁੰਦੀ ਪਿੱਛੇ ਸੇ ਨਹੀਂ ਕਹਿ ਸਕਤੇ ਬੱਚੇ ਵੀ ਹਮਾਰੇ ਸਾਥ ਤੇ ਔਰ ਬਾਕੀ ਬড়ੋਆਂ ਕਾ ਤੋ ਆਪ ਕਹਿ ਸਕਤੇ ਕਿ ਉਹ ਨਹੀਂ ਐਸਾ ਕੁਝ ਵੀ ਕਰਤੇ आ, बात यह है कि काफ़ी जो है ना कपड़े वगैरह धोने वाले पड़ जाते हैं और काफ़ी खलारा वगैरह जो है ना पड़ा हुआ है मैं भी आपको दिखाता हूँ सारा सीन ये वाली चीज़ देखें आ, ये वाली जो चार पे रखी हुई है ना गर्मियों में इस पर लेट लेट जाता था अब जो है न है, मौसम चेंज हो गया है तो अब जो है ना इस पेड पे बंदा लेट सकता है आसानी से और आ, हमारे गांव में सर्दी भी काफ़ी ज़्यादा हो जाती है गांव में अक्सर ही गर्मी भी ज़्यादा हो जाती है सर्दी भी ज़्यादा हो जाती है गर्मी तो नहीं खैर ज़्यादा हो सकती क्योंकि उसकी वजह यह है कि यहाँ हवा वग़ैरह चलती रहती है अच्छा जी दूसरी बात ये कि अब वो चार पे उधर करती है अब अभी मैं महविश ने उस दिन सेटिंग चेंज की थी उस दिन से जो है ना कमरे की ये सारी जगह की चार इसी तरह पड़े जिधर जिधर भाभी महविश ने कर दिए थे तो अभी इस पर कपड़े वगैरह रख देते हैं ये सामने जितने भी कपड़े पड़े ना ये सारे तो ये प्रेस करने वाले हैं कुछ आ, वैसे पड़े हैं शायद ये चीज़ें फिर इधर रख देते हैं सारी चलें जी आज की वीडियो का यहीं पे एंड कहते हैं अपना बहुत सारा ख्याल रखिएगा अपनी फैमिली का बहुत सारा ख्याल रखिएगा दुआ में मुझे और मेरी फैमिली को हमेशा याद रखिएगा ओके जी अल्लाह हाफिज़